ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਅੱਜ ਆਇਆ ਇੱਕ ਅਨੋਖੀ ਜਗ੍ਹਾ ਤੇ, ਪਵਿੱਤਰ ਸਥਾਨ ਆ ਤੇ ਸਥਾਨ ਦਾ ਬਹੁਤ ਵੱਡਾ ਇਤਿਹਾਸ ਆ ਤੇ ਅਸੀਂ ਇਸ ਟਾਈਮ ਖੜੇ ਆ ਪੀਰ ਬਾਲਾ ਸਾਹਿਬ ਜੀ ਦੇ ਦਰਬਾਰ ਤੇ। ਤੇ ਆ ਪਿੱਛੇ ਮੰਦਿਰ ਗੁਰਦੁਆਰਾ ਆ ਤੇ ਉੱਥੇ ਜਾਵਾਂਗੇ, ਤੁਹਾਨੂੰ ਦਰਸ਼ਨ ਕਰਾਵਾਂਗੇ। ਤਾਂ ਜੋ ਵੀ ਇਸ ਗੁਰਦੁਆਰੇ ਦਾ ਇਤਿਹਾਸ ਆ, ਬਹੁਤ ਵੱਡਾ ਇਤਿਹਾਸ ਆ, ਗੁਰੂ ਨਾਨਕ ਦੇਵ ਜੀ ਨਾਲ ਰਿਲੇਟਡ ਸਾਰਾ ਇਤਿਹਾਸ ਆ ਇੱਥੇ ਦਾ, ਤੇ ਉਹਦੇ ਬਾਰੇ ਅਸੀਂ ਸਾਰਾ ਦੱਸਾਂਗੇ ਇਸ ਵੀਡੀਓ ਦੇ ਵਿੱਚ ਤੇ ਤੁਹਾਨੂੰ ਦਰਸ਼ਨ ਵੀ ਕਰਾਵਾਂਗੇ। ਤੇ ਇਹ ਜਿਹੜਾ ਸਥਾਨ ਆ ਪੀਰ ਬਾਲਾ ਸਾਹਿਬ ਜੀ, ਇਹ ਮਾਲਪੁਰ ਤੋਂ 15 ਕਿਲੋਮੀਟਰ ਦੂਰ ਆ। ਮਾਲਪੁਰ ਜੋ ਕਿ ਹੁਸ਼ਿਆਰਪੁਰ ਦੇ ਵਿੱਚ ਸਥਿਤ ਆ ਤੇ ਉਹ ਤੋਂ 15 ਕਿਲੋਮੀਟਰ ਦੂਰ ਇਹ ਹੈਗੀ ਆ ਦਾਦੀ ਕੋਠੀ। ਇਸ ਪਿੰਡ ਦਾ ਨਾਮ ਆ ਦਾਦੀ ਕੋਠੀ। ਇਹ ਰਾਮਪੁਰ ਜੋ ਤੁਸੀਂ ਪਹੁੰਚਦੇ ਆ, ਜੇਜੋ ਰੋਡ ਤੇ ਜਦੋਂ ਆਉਂਦੇ ਆ ਤੁਸੀਂ, ਰਾਮਪੁਰ ਤੋਂ ਗੇਟ ਆਉਂਦਾ ਆ, ਉੱਥੋਂ ਤੁਸੀਂ ਮੁੜ ਆਉਣਾ ਪੈਂਦਾ ਆ ਘੁੰਮ ਕੇ। ਤਾਂ ਮੈਪ ਲਗਾ ਕੇ ਤੁਸੀਂ ਆਰਾਮ ਨਾਲ ਆ ਸਕਦੇ ਆ। ਦਾਦੀ ਕੋਠੀ ਭੜੋ ਤੇ ਤੁਸੀਂ ਐਗਜ਼ੈਕਟ ਇਸ ਲੋਕੇਸ਼ਨ ਤੇ ਪਹੁੰਚ ਜੂਗੇ। ਤੇ ਠੀਕ ਆ ਜੀ, ਚਲੋ ਹੁਣ ਤੁਹਾਨੂੰ ਅਸੀਂ ਲੈ ਕੇ ਚੱਲਦੇ ਆ ਤੇ ਦੱਸਦੇ ਆ ਇਸ ਦੇ ਇਤਿਹਾਸ ਬਾਰੇ। ਜੀ ਦਰਬਾਰ ਤੇ ਅਸੀਂ ਹੁਣ ਅੰਦਰ ਜਾਵਾਂਗੇ ਮੱਥਾ ਟੇਕਣ। ਪਹਿਲਾਂ ਅੰਦਰ ਮੱਥਾ ਟੇਕ ਲਵਾਂਗੇ ਤਾਂ ਫਿਰ ਅਸੀਂ ਤੁਹਾਨੂੰ ਇਤਿਹਾਸ ਦੱਸਦੇ ਆ। ਪਹਿਲਾਂ ਮੱਥਾ ਟੇਕ ਲਈਏ। ਤਾਂ ਠੀਕ ਆ ਜੀ, ਅਸੀਂ ਦਰਸ਼ਨ ਕਰ ਲਏ ਆ, ਮੱਥਾ ਟੇਕ ਲਿਆ ਆ ਤੇ ਮੈਂ ਤੁਹਾਨੂੰ ਇੱਥੇ ਦੇ ਇਤਿਹਾਸ ਬਾਰੇ ਦੱਸਾਂ। ਇੱਥੇ ਦਾ ਇਤਿਹਾਸ ਗੁਰੂ ਨਾਨਕ ਦੇਵ ਜੀ ਦੇ ਨਾਲ ਜੁੜਿਆ ਹੋਇਆ ਆ ਤੇ ਇਸ ਜਗ੍ਹਾ ਤੇ ਗੁਰੂ ਨਾਨਕ ਦੇਵ ਜੀ ਆਏ ਸੀਗੇ। ਤਾਂ ਅਸੀਂ ਭਾਗਾਂ ਵਾਲੇ ਆ, ਅਸੀਂ ਪਵਿੱਤਰ ਜਗ੍ਹਾ ਤੇ ਅਸੀਂ ਖੜੇ ਹਾਂ ਜਿੱਥੇ ਗੁਰੂ ਨਾਨਕ ਦੇਵ ਜੀ ਆਏ ਸੀਗੇ। ਤੇ ਇੱਥੇ ਜੋ ਪਿੱਛੇ ਇੱਕ ਪਹਾੜੀ ਆ, ਉੱਥੇ ਕਹਿੰਦੇ ਆ ਜੀ ਇੱਕ ਰਾਜਾ ਭਰਥਰੀ ਹੋਏ ਆ। ਰਾਜਾ ਭਰਥਰੀ ਜਿਹਨਾਂ ਨੇ ਰਾਜਭਾਰ ਛੱਡ ਕੇ ਤੇ ਸਿੱਧ ਯੋਗੀ ਬਣੇ ਸੀਗੇ ਤੇ ਪਰਮਾਤਮਾ ਦੀ ਪ੍ਰਾਪਤੀ ਦੇ ਲਈ। ਤੇ ਉਹਨਾਂ ਦਾ ਸੀਗਾ ਰੋਕਾ ਹੋ ਗਿਆ ਸੀਗਾ, ਜਿਹੜਾ ਆ ਬਗਦਾਦ ਸ਼ਹਿਰ ਦੇ ਵਿੱਚ ਰਾਜਾ ਭੱਦਰ ਸੈਨ ਦੀ ਕੁੜੀ ਦੇ ਨਾਲ। ਤੇ ਉਹਨਾਂ ਦਾ ਹੋਣਾ ਸੀਗਾ ਵਿਆਹ ਹੁਣ, ਤੇ ਰੋਕਾ ਹੋਣ ਤੋਂ ਬਾਅਦ ਉਹਨਾਂ ਦਾ ਵਿਆਹ ਹੋਣਾ ਸੀਗਾ। ਤੇ ਉਹ ਸੀਗੇ ਇਸ ਜਗ੍ਹਾ ਤੇ ਬਹੁਤ ਦੂਰ ਸੀਗਾ ਤੇ ਉਹਨਾਂ ਦਾ ਅਸਮਰਥ ਸੀਗੇ ਜਾਣ ਨੂੰ, ਹੈ ਨਾ, ਜਾ ਨਹੀਂ ਸੀ ਉਹਨਾਂ ਦੇ ਕੋਲ, ਦੂਰ ਸੀਗਾ। ਤੇ ਉਹ ਇੱਥੇ ਘੁੰਮਦੇ ਸੀਗੇ ਤੇ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਦੇਖਿਆ ਜੋ ਆਏ ਤੇ ਉਦਾਸ ਚਿਹਰਾ ਹੋਇਆ ਸੀ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਇਹ ਹੁੰਦਾ ਸੀ ਵਾਅਦਾ ਕੀਤਾ ਹੈ ਨਾ ਉਹ ਪੂਰਾ ਕਰਨਾ ਹੀ ਕਰਨਾ ਹੈ, ਤੇ ਨਾ ਹੋਵੇ ਵਾਅਦਾ ਤਾਂ ਇਨਸਲਟ ਮੰਨਦੇ ਸੀ ਬਹੁਤ ਵੱਡੀ। ਤੇ ਗੁਰੂ ਨਾਨਕ ਦੇਵ ਜੀ ਨੂੰ ਉਹਨਾਂ ਨੇ ਆਪਣੀ ਸਾਰੀ ਕਹਾਣੀ ਦੱਸੀ, ਗੁਰਨਾਨਕ ਜੀ ਤੋਂ ਜਾਣੀ ਜਾਣ ਸੀਗੇ, ਸਾਰਾ ਪਤਾ ਸੀ ਉਹਨਾਂ ਨੂੰ। ਤੇ ਫਿਰ ਵੀ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੇ ਸਾਰੀ ਉਹਨਾਂ ਦੀ ਗੱਲ ਸੁਣੀ ਤੇ ਉਹ ਕਹਿੰਦੇ ਸੀਗੇ ਕਿ ਮੇਰਾ ਵਿਆਹ ਆ, ਮੈਂ ਜਾ ਨਹੀਂ ਸਕਦਾ, ਪੋਸੀਬਲ ਨਹੀਂ ਹੋ ਪਾ ਰਿਹਾ ਨਾ, ਤੇ ਤੁਸੀਂ ਹੱਲ ਕੱਢੋ ਇਹਦਾ, ਮੈਨੂੰ ਦੱਸੋ, ਮਾਰਗ ਦਰਸ਼ਨ ਕਰੋ। ਤੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਆਪਣੀ ਅੱਖਾਂ ਬੰਦ ਕਰ। ਅੱਖਾਂ ਬੰਦ ਕੀਤੀਆਂ ਰਾਜਾ ਭਰਥਰੀ ਜੀ ਨੇ ਤੇ ਉਹਨੇ ਕਹਿੰਦੇ ਅੱਖਾਂ ਖੋਲ੍ਹੋ, ਤੇ ਉਹ ਬਗਦਾਦ ਸ਼ਹਿਰ ਦੇ ਵਿੱਚ ਖੜ੍ਹੇ ਸੀਗੇ। ਤੋ ਸ਼ੌਕ ਹੋ ਗਿਆ ਉਸ ਸਮੇਂ ਤੇ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਚਰਨ ਫੜ ਲਏ ਤੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਗੁਰੂ ਨਾਨਕ ਦੇਵ ਜੀ ਕਿੱਡੀ ਵੱਡੀ ਸ਼ਕਤੀ ਆ ਤੇ ਅਕਾਲ ਪੁਰਖ ਆ। ਤੇ ਉਹਨਾਂ ਦਾ ਫਿਰ ਗੁਰੂ ਨਾਨਕ ਦੇਵ ਜੀ ਨੇ ਵਿਆਹ ਕਰਵਾਇਆ ਤੇ ਇਸ ਕਰਕੇ ਬਹੁਤ ਵੱਡਾ ਇਤਿਹਾਸ ਆ ਇੱਥੇ ਜੁੜਿਆ ਹੋਇਆ। ਤੇ ਇਹ ਗੁਰਦੁਆਰਾ ਨਾ ਲੱਭਿਆ ਗਿਆ 1954 ਤੇ 55 ਦੇ ਵਿੱਚ, 1954 ਦੇ ਵਿੱਚ ਲੱਭਿਆ ਤੇ ਫਿਰ ਇਹਨੂੰ 54 ਤੇ 55 ਦੇ ਵਿੱਚ ਸ਼ੁਰੂਆਤ ਕੀਤੀ ਬਣਾਉਣ ਦੀ ਤੇ ਬਿਲਟ ਹੋਇਆ। ਤੇ ਇਹ ਬਣਵਾਇਆ ਹਰਭਜਨ ਸਿੰਘ ਜੀ ਨੇ ਜੋ ਕਿ ਤਰਨਾ ਦਲ ਹਰੀਆਂ ਵੇਲਾਂ ਵਾਲੇ ਉਹਨਾਂ ਦੇ ਮੈਂਬਰ ਸੀਗੇ ਤੇ ਉਹਨਾਂ ਨੇ ਸ਼ੁਰੂਆਤ ਕੀਤੀ ਸੀ। ਗੁਰਦੁਆਰਾ ਜਿੰਨੀ ਵੀ ਦੇਖ ਰੇਖ ਜਿਹੜੀ ਹੁੰਦੀ ਆ ਤਰਨਾ ਦਲ ਤੋਂ ਹੀ ਹੋ ਰਹੀ ਆ ਹਰੀਆਂ ਵੇਲਾਂ ਤੋਂ, ਤੇ ਉਹ ਸਾਰਾ ਦੇਖ ਰੇਖ ਜੋ ਵੀ ਲੰਗਰ ਦੀ ਪ੍ਰਥਾ ਜੋ ਵੀ ਸਾਰਾ ਕੁਛ ਉਹ ਦੇਖਦੇ ਹੋਏ ਆ, ਦੇਖਦੇ ਪਏ ਆ। ਤਾਂ ਇਸ ਗੁਰਦੁਆਰੇ ਦਾ ਨਾਂ ਪੀਰ ਬਾਲਾ ਸਾਹਿਬ ਜੀ ਆ।
ਇੱਕ ਵਾਰੀ ਫਿਰ ਦੱਸ ਦਿੰਦਾ ਮੈਂ ਲੋਕੇਸ਼ਨ, ਇਹ ਦਾਦੀ ਕੋਠੀ ਪਿੰਡ ਆ, ਉੱਥੇ ਪੀਰ ਬਾਲਾ ਸਾਹਿਬ ਜੀ ਦਰਬਾਰ ਆ, ਮਾਲਪੁਰ ਤੋਂ 15 ਕਿਲੋਮੀਟਰ ਦੂਰ ਆ। ਤਾਂ ਜਿਨ੍ਹਾਂ ਨੂੰ ਮਾਲਪੁਰ ਦਾ ਨਹੀਂ ਪਤਾ, ਇਹ ਹੁਸ਼ਿਆਰਪੁਰ ਦਾ ਸਭ ਨੂੰ ਪਤਾ ਹੋਣਾ, ਹੁਸ਼ਿਆਰਪੁਰ ਦੇ ਕੋਲ ਉੱਥੋਂ ਪੈ ਜਾਂਦਾ ਆ 25 ਕਿਲੋਮੀਟਰ ਦੂਰ ਮਾਲਪੁਰ, ਅਤੇ ਮਾਲਪੁਰ ਤੋਂ 15 ਕਿਲੋਮੀਟਰ ਦੂਰ ਜੇਜੋ ਨੂੰ ਜਦੋਂ ਆਪਾਂ ਆਉਂਦੇ ਹਾਂ ਤਾਂ ਉੱਥੇ ਆਉਂਦਾ ਆ ਇਹ ਦਾਦੀ ਕੋਠੀ। ਮੈਪ ਦੇ ਵਿੱਚ ਤੁਸੀਂ ਦਾਦੀ ਕੋਠੀ ਪੀਰ ਬਾਲਾ ਸਾਹਿਬ ਭਰ ਦੂੰਗੇ ਨਾ, ਤੁਸੀਂ ਐਗਜੈਕਟ ਇਸ ਲੋਕੇਸ਼ਨ 'ਤੇ ਪਹੁੰਚ ਜਾਓਗੇ। ਅਤੇ ਕਿਸੇ ਨੇ ਵੀ ਇਤਿਹਾਸ ਜਾਣਨਾ ਹੈ ਤਾਂ ਤੁਸੀਂ ਗੁਰੂ ਸਿੱਖੀ ਨੈੱਟ 'ਤੇ ਅਵੇਲੇਬਲ ਆ, ਤੁਸੀਂ ਦੇਖ ਸਕਦੇ ਹਾਂ। ਤਾਂ ਤੁਸੀਂ ਦੇਖੋ ਇਹ ਜਿਹੜਾ ਗੁਰਦੁਆਰਾ ਪਹਾੜੀ 'ਤੇ ਬਣਿਆ ਆ, ਛੋਟੀ ਚੜ੍ਹਾਈ ਆ, ਛੋਟੀ ਪਹਾੜੀ ਆ। ਤਾਂ ਤੁਸੀਂ ਮੇਰੇ ਪਿੱਛੇ ਵਿਊ ਦੇਖ ਹੀ ਰਹੇ ਹੋਣੇ ਆ, ਕਿੰਨਾ ਸੋਹਣਾ ਵਿਊ ਆਉਂਦਾ ਆ, ਅਤੇ ਪੂਰਾ ਹਰਿਆਲੀ ਆ, ਪਹਾੜੀਆਂ ਆ। ਤਾਂ ਇੱਕ ਹੋਰ ਇਸ ਦਾ ਖਾਸ ਹੈ ਕਿ ਇਸ ਜਿਹੜਾ ਆਖਰੀ ਪਿੰਡ ਆ ਦਾਦੀ ਕੋਠੀ ਇੱਧਰਲਾ, ਇਸ ਤੋਂ ਬਾਅਦ ਕੋਈ ਪਿੰਡ ਨਹੀਂ ਆਉਂਦਾ, ਠੀਕ ਆ। ਸਾਰਾ ਪਹਾੜੀ ਪਹਾੜੀ ਆ, ਬੰਦ ਆ, ਇਹ ਲਾਸਟ ਪਿੰਡ ਆ ਜਾਂਦਾ ਆ ਜਿਹੜੀ ਦਾਦੀ ਕੋਠੀ ਆ। ਤਾਂ ਤੁਸੀਂ ਦੇਖ ਲਓ ਸਾਰੇ ਪਹਾੜੀ ਪਹਾੜ ਆ, ਅਤੇ ਆ ਜਿਹੜੇ ਇੱਥੇ ਯਾਰ ਘਰ ਆ ਇਸ ਪਿੰਡ ਦੇ, ਬਸ ਇਹੀ ਆ, ਹੋਰ ਕੋਈ ਹੈ ਨਹੀਂ। ਤਾਂ ਇੱਥੇ ਇੱਕ ਹੋਰ ਆ ਜਿਹੜੇ ਬਾਬਾ ਹਾਕਮ ਸਿੰਘ ਜੀ, ਜਿਨ੍ਹਾਂ ਦਾ ਨਾਮ ਆ, ਉਹਨਾਂ ਦੀ ਉਮਰ 110 ਸਾਲ ਤੋਂ ਪਲੱਸ ਆ। ਜੇ ਮੈਨੂੰ ਮੌਕਾ ਮਿਲਿਆ ਉਹਨਾਂ ਨੂੰ ਮਿਲਣ ਦਾ ਤਾਂ ਮੈਂ ਮਿਲੂੰਗਾ, ਅਤੇ ਤੁਹਾਨੂੰ ਵੀ ਦਰਸ਼ਨ ਕਰਾਊਂਗਾ ਉਹਨਾਂ ਦੇ, ਹੈ ਨਾ। ਮਹਾਨ ਸ਼ਖਸੀਅਤ ਹੀ ਆ, 110 ਸਾਲ ਤੋਂ ਪਲੱਸ ਉਹਨਾਂ ਦੀ ਉਮਰ ਹੋ ਗਈ ਆ। ਉਹਨਾਂ ਨੂੰ ਥੋੜ੍ਹਾ ਸੁਣਨ 'ਚ ਪ੍ਰੋਬਲਮ ਆ ਰਹੀ ਆ ਉਮਰ ਦੇ, ਕਿਉਂਕਿ ਜ਼ਿਆਦਾ ਹੋਣ ਕਰਕੇ, ਅਤੇ ਸ਼ਾਇਦ ਮਿਲ ਨਹੀਂ ਦੇ ਰਹੇ, ਮੈਨੂੰ ਪਤਾ ਲੱਗਾ ਸੀਗਾ। ਪਰ ਜੇ ਮੈਨੂੰ ਮੌਕਾ ਮਿਲਿਆ ਤਾਂ ਮੈਂ ਆਪ ਵੀ ਮਿਲੂੰਗਾ ਅਤੇ ਤੁਹਾਨੂੰ ਵੀ ਉਹਨਾਂ ਦੇ ਦਰਸ਼ਨ ਕਰਾਊਂਗਾ। ਅਤੇ ਉਹਨਾਂ ਦੇ ਇੱਕ ਸਪੈਸ਼ਲ ਅਲੱਗ ਬਣਾਇਆ ਹੋਇਆ ਸਥਾਨ ਜਿੱਥੇ ਉਹ ਰਹਿੰਦੇ ਆ, ਅਤੇ ਇਹ ਆ ਗੁਰਦੁਆਰੇ ਦਾ ਇਤਿਹਾਸ। ਮਤਲਬ ਕਿ ਸਕੂਨ ਮਿਲਦਾ ਜਗ੍ਹਾ 'ਤੇ ਆ ਕੇ, ਬਸ ਤੁਸੀਂ ਵੀ, ਮੈਂ ਇਹੀ ਕਹਿਣਾ ਚਾਹੁੰਦਾ ਕਿ ਇੱਕ ਵਾਰ ਜ਼ਰੂਰ ਦਰਸ਼ਨ ਕਰਕੇ ਜਾਇਓ ਸਾਰੇ ਜਣੇ, ਦਰਬਾਰ ਵਧੀਆ ਆ, ਸਕੂਨ ਮਤਲਬ ਸਭ ਤੋਂ ਵਧੀਆ ਸਕੂਨ ਮਿਲਦਾ ਇੱਥੇ, ਬਹੁਤ ਵਧੀਆ ਆ। ਮੇਰਾ ਭਰਾ ਅਤੇ ਨਾਲ ਮਨੀਸ਼ ਮੇਰਾ ਬ੍ਰਦਰ, ਇਹ ਵੀ ਆਇਆ ਨਾਲ, ਅਤੇ ਹੁਣ ਇਹਨਾਂ ਨੂੰ ਮੈਂ ਪੁੱਛਦੇ ਹਾਂ ਆਪਾਂ ਕਿ ਵੀ ਇਹਨਾਂ ਦਾ, ਮੇਰੇ ਨਾਲ ਮੇਰੇ ਭਰਾ ਦਾ ਤਾਂ ਫਸਟ ਟਾਈਮ ਆਇਆ, ਪਹਿਲੀ ਵਾਰੀ ਆਇਆ? ਨਹੀਂ ਨਹੀਂ ਮੈਂ ਦੂਜੀ ਵਾਰੀ ਆਇਆ। ਦੂਜੀ ਵਾਰੀ ਆਇਆ? ਦੋਸਤਾਂ ਦੇ ਨਾਲ ਆਇਆ ਸੀਗਾ ਮੈਂ, ਤੇ ਉਸ ਵੇਲੇ ਮੈਂ ਇੰਨਾ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਇਤਿਹਾਸ, ਤੇ ਫਿਰ ਮੈਂ ਇਤਿਹਾਸ ਨੂੰ ਪੜ੍ਹਿਆ ਤੇ ਮੈਂ ਜਾਣਿਆ। ਤੇ ਮੈਂ ਜਦੋਂ ਇਤਿਹਾਸ ਪੜ੍ਹ ਕੇ ਬੰਦਾ ਆਉਂਦਾ ਨਾ, ਫਿਰ ਮਤਲਬ ਕਿਸ ਕਿਸ ਕਰਕੇ ਗੁਰਦੁਆਰਾ ਬਣਿਆ ਜਾਂ ਦਰਬਾਰ ਮੰਦਰ ਕੁਛ ਵੀ ਜਦੋਂ ਪਤਾ ਬਣਦਾ ਨਾ, ਅਤੇ ਜਦੋਂ ਬੰਦੇ ਨੂੰ ਉਹਦਾ ਇਤਿਹਾਸ ਪਤਾ ਲੱਗਦਾ, ਫਿਰ ਉਹਦੀ ਸੋਚਣ ਸ਼ਕਤੀ ਅਤੇ ਉਹਦਾ ਐਨਰਜੀ ਅਲੱਗ ਫੀਲ ਹੁੰਦੀ ਬੰਦੇ ਨੂੰ। ਫਿਰ ਇੱਥੇ ਆ ਕੇ ਮੈਨੂੰ ਬਹੁਤ ਵਧੀਆ ਲੱਗਦਾ, ਕਿਉਂਕਿ ਗੁਰੂ ਨਾਨਕ ਦੇਵ ਜੀ ਇਸ ਜਗ੍ਹਾ 'ਤੇ ਆਏ ਆ, ਰਾਜਾ ਭਰਥੜੀ ਜੀ ਆਏ ਆ, ਅਤੇ ਐਡਾ ਬੜਾ ਇਤਿਹਾਸ ਆ, ਅਤੇ ਉਹਨਾਂ ਦੇ ਇੱਥੇ ਚਰਨ ਪਏ ਆ, ਅਤੇ ਅਸੀਂ ਉਹਨਾਂ ਦੇ ਚਰਨਾਂ ਦੇ ਵਿੱਚ ਇਸ ਟਾਈਮ ਬੈਠੇ ਹਾਂ, ਅਤੇ ਜਿਹੜੀ ਇਹਦੀ ਖੁਸ਼ੀ ਆ ਨਾ, ਉਹ ਬਿਆਨ ਤਾਂ ਬੰਦਾ ਕਰ ਹੀ ਨਹੀਂ ਸਕਦਾ, ਉਹ ਸਿਰਫ ਉਸਨੂੰ ਫੀਲ ਕਰ ਸਕਦਾ, ਅਤੇ ਜਿਹੜਾ ਫੀਲ ਕਰਦਾ ਉਹਨੂੰ ਹੀ ਪਤਾ। ਅਤੇ ਮੈਂ ਹੁਣ ਅਸੀਂ ਆਪਾਂ ਜਾਵਾਂਗੇ ਅਤੇ ਕੋਸ਼ਿਸ਼ ਕਰਦੇ ਹਾਂ ਹੁਣ ਬਾਬਾ ਜੀ ਨੂੰ ਮਿਲਣ ਦੀ, ਹਾਕਮ ਸਿੰਘ ਜੀ ਜਿਨ੍ਹਾਂ ਬਾਰੇ ਮੈਂ ਤੁਹਾਨੂੰ ਦੱਸਿਆ, ਅਤੇ ਉੱਥੇ ਦਾ ਵੀ ਬਣਾਵਾਂਗੇ। ਉੱਥੇ ਦਾ ਮੈਂ ਇੰਨਾ ਬੋਲੂੰਗਾ ਨਹੀਂ, ਬਸ ਤੁਹਾਨੂੰ ਥੋੜ੍ਹੇ ਸ਼ੋਟ ਦਿਖਾ ਦੂੰਗਾ, ਅਤੇ ਹੁਣ ਭੁੱਖ ਲੱਗ ਗਈ ਆ, ਲੰਗਰ ਖਾਈਏ, ਚਲੀਏ, ਦਰਸ਼ਨ ਹੋ ਗਿਆ ਅਤੇ ਹੁਣ ਚਲੀਏ, ਕਿਉਂਕਿ ਫਿਰ ਮੈਂ ਕੰਮ 'ਤੇ ਵੀ ਜਾਣਾ, ਪਾਰਟ ਟਾਈਮ ਜੋਬ ਵੀ ਕਰਦੇ ਜੀ ਅਸੀਂ। ਚਲੋ ਠੀਕ ਹੈ ਜੀ।
ਤਾਂ ਪ੍ਰਸ਼ਾਦਾ ਅਸੀਂ ਛਕ ਲਿਆ ਆ। ਪ੍ਰਸ਼ਾਦੇ ਦੇ ਵਿੱਚ ਸੀਗੇ ਕਾਫੀ ਕੁਝ ਖਾਣੇ ਨੂੰ, ਸਾਨੂੰ ਫਰੂਟਸ ਵੀ ਮਿਲੇ ਆ ਤੇ ਭੱਲੇ ਵੀ ਖਾਧੇ। ਤੇ ਹੁਣ ਅਸੀਂ ਚੱਲੇ ਆ ਸੰਤ ਹਾਕਮ ਸਿੰਘ ਜੀ ਨੂੰ ਦੇਖਣ ਚੱਲੇ ਆ, ਤੇ ਉਹਨਾਂ ਦੇ ਕੁਟੀਆ ਬਣਾਈ ਆ, ਉੱਥੇ ਰਹਿੰਦੇ ਆ। ਤੇ ਅਸੀਂ ਕਿ ਅੱਜ ਦਰਸ਼ਨ ਕਰ ਲਈਏ ਤੇ ਤੁਹਾਨੂੰ ਵੀ ਕਰਾਈਏ। ਤੇ ਅਸੀਂ ਉਹਨਾਂ ਨਾਲ ਗੱਲ ਕੀਤੀ ਸੀ, ਕਹਿੰਦੇ ਸੀ ਕਿ ਜਾਣ ਦੇ ਦਿੰਦੇ ਆ, ਤੇ ਹੋਪਫੁਲੀ ਕਿ ਉਹ ਮੋਬਾਈਲ 'ਤੇ ਵੀਡੀਓ ਬਣਾਉਣ ਦੇ ਦੇਣ। ਤੇ ਚਲੋ ਠੀਕ ਆ ਜੀ, ਚੱਲਦੇ ਹਾਂ ਹੁਣ, ਤੁਹਾਨੂੰ ਥੋੜ੍ਹੇ ਵਿੱਚ ਰਸਤਾ ਦਿਖਾਵਾਂਗੇ ਕਿੱਧਰ ਨੂੰ ਜਾਣਾ, ਪਈ ਜੇ ਕੋਈ ਵੀ ਆਵੇ ਵੀਡੀਓ ਦੇਖ ਕੇ ਤਾਂ ਉਹਨੂੰ ਪਤਾ ਲੱਗ ਜਾਵੇ। ਚਲੋ ਆ ਜਾਓ ਤੇ ਆ ਜੀ ਕੁਟੀਆ ਆ ਜਾਓ, ਅਤੇ ਜਿੱਥੇ ਸੰਤ ਹਾਕਮ ਸਿੰਘ ਜੀ ਆ ਜਿਨ੍ਹਾਂ ਦੀ ਉਮਰ 110 ਸਾਲ ਤੋਂ ਉੱਪਰ ਆ, ਅਤੇ ਆ ਬਾਬਾ ਜੀ ਦੀ ਕੁਟੀਆ। ਅਸੀਂ ਦਰਸ਼ਨ ਕਰ ਲਏ ਆ ਅਤੇ ਮੋਬਾਈਲ ਅੰਦਰ ਅਲਾਊਡ ਨਹੀਂ ਹੈਗਾ, ਅਤੇ ਸੇਵਾਦਾਰ ਜੀ ਨੇ ਫੋਟੋ ਖਿੱਚੀ ਆ ਅਤੇ ਇੱਕ ਛੋਟਾ ਜਿਹਾ ਸ਼ੋਟ ਲਿਆ ਵੀਡੀਓ ਆ, ਅਤੇ ਉਹ ਮੈਂ ਤੁਹਾਨੂੰ ਦਿਖਾ ਦੂੰਗਾ, 1 ਸੈਕਿੰਡ ਦੀ ਆ ਵੀਡੀਓ ਕੁਛ। ਅਤੇ ਇਹ ਬਾਬਾ ਜੀ ਦਿਲਾਂ ਦੀਆਂ ਜਾਣਦੇ ਆ, ਅਤੇ ਬਹੁਤ ਸੰਗਤ ਇਹਨਾਂ ਦਰਸ਼ਨ ਕਰਨ ਆਉਂਦੀ ਆ, ਤੁਸੀਂ ਵੀ ਆਓ, ਇਹਨਾਂ ਮਹਾਨ ਸ਼ਖਸੀਅਤ ਦੇ ਦਰਸ਼ਨ ਕਰੋ। ਅਤੇ ਅਸੀਂ ਮੱਥਾ ਟੇਕਿਆ ਅਤੇ ਹੁਣ ਅਸੀਂ ਚੱਲੇ ਹਾਂ ਵਾਪਸ ਘਰ ਨੂੰ। ਅਤੇ ਆਈ ਹੋਪ ਕਿ ਤੁਸੀਂ ਸਾਰਿਆਂ ਨੇ ਕਾਫੀ ਕੁਛ ਇਸ ਬਲੌਗ ਦੇ ਵਿੱਚ ਦੇਖਿਆ ਅਤੇ ਜਾਣਕਾਰੀ ਲਈ ਹੋਣੀ ਆ, ਜਿੰਨੀ ਕਿ ਮੈਂ ਕੋਸ਼ਿਸ਼ ਕੀਤੀ ਆ ਇਕੱਠੀ ਕਰਕੇ ਜਾਣਕਾਰੀ ਤੁਹਾਨੂੰ ਦਿੱਤੀ ਆ। ਅਤੇ ਬਾਕੀ ਕੋਈ ਵੀ ਤੁਹਾਨੂੰ ਤੁਹਾਡੇ ਮਨ 'ਚ ਕੁਐਸਚਨ ਆਉਂਦਾ ਹੈ ਤਾਂ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਪੁੱਛ ਸਕਦੇ ਆ, ਅਤੇ ਕੋਈ ਵੀ ਗਲਤੀ ਹੋਈ ਤਾਂ ਭੁੱਲ ਛੱਕ ਮਾਫ਼ ਕਰਨਾ। ਅਤੇ ਦਰਬਾਰ 'ਤੇ ਆਓ, ਮੱਥੇ ਟੇਕੋ, ਆਪਣੀਆਂ ਦਿਲ ਦੀਆਂ ਫਰਿਆਦਾਂ ਗੁਰੂਆਂ ਦੇ ਅੱਗੇ ਰੱਖੋ ਅਤੇ ਜ਼ਰੂਰ ਪੂਰੀਆਂ ਕਰਨਗੇ। ਅਤੇ ਠੀਕ ਆ ਜੀ, ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਅਤੇ ਕਮੈਂਟ ਵੀ ਜ਼ਰੂਰ ਕਰਿਆ ਕਰੋ। ਅਤੇ ਜੇ ਨਵੇਂ ਆ ਤਾਂ ਤੁਸੀਂ ਇਸ ਚੈਨਲ 'ਤੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ। ਤਾਂ ਠੀਕ ਆ ਜੀ, ਮਿਲਦੇ ਆ ਨੈਕਸਟ ਵਲੌਗ 'ਤੇ।